ਮੈਂ ਸਹਿਜ਼ਾਦਾ ਕਿਸੇ ਖਾਲੀ ਜੰਗਲ 'ਚ ਤੁਰਿਆ ਜਾ ਰਿਹਾ ਸੀ। ਅਚਾਨਕ ਰਿਓ ਦੀ ਝੋਲੀ ਮੁੱਕਣ ਦਾ ਅਹਿਸਾਸ ਹੋਇਆ। ਜਦ ਉਸ ਜੰਗਲ 'ਚੋਂ ਬਾਹਰ ਆਇਆ ਤਾਂ ਮੇਰੇ ਕੰਨੀ ਇੱਕ ਕੂਕ ਪਈ। ਮੇਰੀ ਇਸ ਮਾਂ 'ਤੇ ਨਸ਼ੇ ਦਾ ਅਸਰ ਸ਼ੁਰੂ ਹੋ ਗਿਆ ਸੀ। ਬੇਮੁੱਖ ਹੋ ਕੇ ਪਰਤ ਰਹੇ ਦਾ ਮੇਰਾ ਦਿਲ ਹੋਰ ਜ਼ੋਰ ਨਾ ਹਿੱਲਿਆ। ਡੇਕਤੇ ਪਿਆ ਚਿੜੀ ਦਾ ਆਲਣਾ ਅੱਜ ਫੇਰ ਸੁਣਨਾ ਸੀ। ਇਹ ਸਾਂਝ ਵੀ ਲੱਗਦਾ ਕਿਸੇ ਡੂੰਘੇ ਰਿਸ਼ਤੇ ਦੀ ਪ੍ਰਤੀਕ ਹੈ। ਕੁੜੀਆਂ ਅਤੇ ਚਿੜੀਆਂ ਦੀ ਸਮੱਸਿਆ ਵੀ ਇੱਕ ਹੀ ਸੀ। ਕਈ ਵਿਚਾਰੇ ਬੇਜ਼ੁਬਾਨਿਆਂ ਨੂੰ ਕੁਛ ਨਹੀਂ ਪਤਾ ਉਹ ਰੋਜ਼ ਕੀ ਖਾਂਦੇ ਨੇ। ਮੈਨੂੰ ਅੱਜ ਰੋਟੀ 'ਤੇ ਪਈ ਮੱਖਣੀ ਵੀ ਯੂਰੀਏ ਦੀ ਮੁੱਠ ਜਾਪੀ। ਵਧਾਈਆਂ ਦੀ ਸਾਰੀ ਗਲੀ 'ਚ ਗੂੰਜ ਫੈਲ ਗਈ। ਇੱਕ ਦਾਈ ਦਾਦੀ ਬਣੀ ਸੀ ਵੱਡੇ ਆਪਰੇਸ਼ਨ ਦੀ ਮਦਦ ਨਾਲ।